ਅਸੀਂ ਮੋਰਚਾ ਜਿੱਤ ਚੁੱਕੇ ਹਾਂ ਅਸੀਂ ਮੋਰਚਾ ਜਿੱਤ ਚੁੱਕੇ ਹਾਂ ਅਸੀਂ ਮੋਰਚਾ ਜਿੱਤ ਚੁੱਕੇ ਹਾਂ ਇੱਕ ਤੁਹਾਨੂੰ ਯਕੀਨ ਦਵਾ ਦਿਆਂ ਅਸੀਂ ਮੋਰਚਾ ਜਿੱਤ ਚੁੱਕੇ ਹਾਂ ਜਦੋਂ ਬਾਰ ਬਾਰ ਦੇਸ਼ ਦਾ ਹੋਮ ਮਿਨਿਸਟਰ ਮੈਨੂੰ ਕਹਿੰਦਾ ਹੈ ਵੀ ਰਾਜੇਵਾਲ ਜੀ ਆਪਕੇ ਕਾਨੂੰਨ ਵਾਪਸ ਲੈਣੇ ਮੈਂ ਕੋਈ ਆਪੱਤੀ ਨਹੀਂ ਲੇਕਿਨ ਹਮਨੇ ਇਤਨੇ ਸੁਧਾਰ ਕੀਏ ਹੈ ਬਹੁਤ ਸੇ ਲੇਬਰ ਲਾਜ਼ ਬਣਾਏ ਹੈ ਅਗਰ ਆਪਕੇ ਆਪਕੀ ਬਾਤੇ ਅਭੀ ਮਾਨ ਲੀ ਤੋ ਕੱਲ੍ਹ ਕੋ ਲੇਬਰ ਵਾਲੇ ਆ ਕੇ ਬੈਠ ਜਾਏਗੇ ਤੋ ਮੇਰਾ ਉਹਨੂੰ ਇਹ ਕਹਿਣਾ ਵੀ ਜੇ ਇੰਨੇ ਪਾਪ ਕੀਤੇ ਤਾਂ ਇੱਕੋ ਵਾਰੀ ਗੰਗਾ ਨਹਾ ਲਓ ਮੀਟਿੰਗ ਛੱਡ ਕੇ ਭੱਜ ਗਏ ਔਰ ਇਹ ਅਸਲੀਅਤ ਹੈ ਐਵੇਂ ਨਹੀਂ ਜਿਸ ਢੰਗ ਨਾਲ ਉੱਥੇ ਕੇਸ ਪੇਸ਼ ਕੀਤਾ ਸਰਕਾਰ ਦੇ ਮੰਤਰੀਆਂ ਕੋਲ ਕੋਈ ਕਿਸੇ ਵੀ ਇੱਕ ਗੱਲ ਦਾ ਜਵਾਬ ਨਹੀਂ ਸੀ ਟੋਟਲੀ ਅਨਕੰਸਟੀਟਿਊਸ਼ਨਲ ਐਂਟੀ ਫਾਰਮਰ ਐਂਟੀ ਨੈਸ਼ਨਲ ਇਹ ਕਾਨੂੰਨ ਨੇ ਨਿਰੇ ਇਹੀ ਨਹੀਂ ਇਹ ਮੋਰਚਾ ਇੱਕ ਕੰਧ ਬਣਿਆ ਹੋਇਆ ਉਹ ਬਹੁਤ ਸਾਰੀ ਲੰਬੀ ਇੱਕ ਲਾਈਨ ਕਾਨੂੰਨਾਂ ਦੀ ਉਹਨੂੰ ਰੋਕਣ ਵਿੱਚ ਜੇ ਉਹ ਬਾਹਰ ਆ ਜਾਂਦੇ ਨੇ ਸਾਰਾ ਦੇਸ਼ ਇੱਕ ਵਾਰੀ ਹਿੱਲ ਜਾਏਗਾ ਉਹਨਾਂ ਨੂੰ ਰੋਕਣ ਵਿੱਚ ਇਹ ਮੋਰਚਾ ਕੰਧ ਬਣਿਆ ਪਲੀਜ਼ ਸਬਸਕ੍ਰਾਈਬ ਪ੍ਰਵਾਸੀ ਟੀਵੀ ਐਂਡ ਪ੍ਰੈਸ ਦ ਬੈਲ ਆਈਕਨ